बटाला दे विच एक्साइज विभाग नूं उस वेले वड्डी सफलता हासिल होई जदों उन्हां ने नाकाबंदी दौरान एक्टिवा दे उत्ते सवार जा रहे दो नौजवानों तों 70 नाजायज शराब दीआं बोतलां फड़ियां ने। हालांकि उह दोवें नौजवान फरार होण दे विच कामयाब हो गए। दस्सीए कि चंडीगढ़ तों सस्ती शराब गैर कानूनी ढंग दे नाल बटाला दे विच लिया के वेचण दा इह धंधा करदे सन। पुलिस नूं गुप्त सूचना मिली सी। गुप्त सूचना दे आधार दे उत्ते एक्साइज विभाग ते बटाला पुलिस दे वल्लों नाकाबंदी कीती गई, जिस दौरान बटाला दे नेड़ले पिंड शाहबाद दे दो नौजवान जो कि एक्टिवा दे उत्ते सवार जा रहे सन, जदों उन्हां नूं रोकिया गया तां उह नौजवान पुलिस नूं चकमा दे के उत्थों फरार हो गए अते एक्टिवा उत्थे ही छड्ड गए, जिस दे विच उह पुलिस ने 70 बोतलां बरामद कीतियां ने। एक्साइज मैडम राजविंदर कौर बाजवा जी ते एक्साइज ऑफिसर ਰਜਿੰਦਰ ਤਨਵਰ ਜੀ ਦੇ ਦਿਸ਼ਾ ਨਿਰਦੇਸ਼ ਚੈਕਿੰਗ ਅਭਿਆਨ ਚੱਲ ਰਿਹਾ ਹੈ। ਫੈਸਟੀਵਲ ਸੀਜ਼ਨ ਵੀ ਲੱਗੇ ਆ ਰਹੇ ਆ। ਇਸ ਅਭਿਆਨ ਤਹਿਤ ਅਸੀਂ ਸਰਚ ਰੂਟੀਨ ਗਸ਼ਤ ਕਰਦੇ ਪਏ ਸੀ ਤੇ ਸਾਨੂੰ ਇੱਕ ਸਕੂਟਰੀ ਦੇ ਵਿੱਚ ਦੋ ਬੰਦੇ ਵਿਖੇ ਜਿਨ੍ਹਾਂ ਕੋਲ ਸ਼ਰਾਬ ਵਾਂਗੂ ਸਮਾਨ ਸੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਬਟ ਉਹ ਸਕੂਟਰੀ ਸੁੱਟ ਕੇ ਭੱਜ ਗਏ। ਤੇ ਉਹ ਦੋਨਾਂ ਬੰਦਿਆਂ ਤੇ ਆਲਰੇਡੀ ਕਾਫੀ ਪਰਚੇ ਦਰਜ ਨੇ। ਇੱਕ ਰਾਜੂ ਮਸੀਹ ਆ ਸਨ ਆਫ ਜੀਤ ਮਸੀਹ ਵਾਸੀ ਸ਼ਾਹਬਾਦ, ਦੂਸਰਾ ਬੱਗਾ ਮਸੀਹ ਸਨ ਆਫ ਰਮੇਸ਼ ਮਸੀਹ ਸ਼ਾਹਬਾਦ ਆ। ਤੇ ਅੱਜ ਦੀ ਰਿਕਵਰੀ ਆ 70 ਬੋਤਲ UK ਨੰਬਰ 1 ਹੈ, ਸੇਲ ਇਨ ਚੰਡੀਗੜ੍ਹ ਕਾਦੀਆ ਰੋਡ ਤੋਂ ਰਿਕਵਰ ਕੀਤਾ। ਇਹ ਕਿੱਥੋਂ ਲੈ ਕੇ ਆ ਰਹੇ ਸੀ, ਕਿੱਥੇ ਸਪਲਾਈ ਕਰਨ ਜਾ ਰਹੇ ਸੀ? ਇਹ ਦੇਖੋ ਜੀ, ਇਹ ਇਹਨਾਂ ਆਲਰੇਡੀ ਤੁਹਾਨੂੰ ਦੱਸਿਆ ਜਿਵੇਂ ਕਾਫੀ ਪਰਚੇ ਦਰਜ ਹੈ ਇਹਨਾਂ ਕੋਲ ਆਲਰੇਡੀ ਇਹਨਾਂ ਦੇ ਉੱਤੇ, ਤੇ ਇਹ ਚੰਡੀਗੜ੍ਹੋਂ ਲਿਆਉਂਦੇ ਆ ਸਸਤੀ ਸ਼ਰਾਬ ਤੇ ਇੱਥੇ ਸ਼ਹਿਰ 'ਚ ਵੇਚਦੇ ਆ। ਕੁਛ ਪਤਾ ਲੱਗਾ ਕਿਹਨਾਂ ਦੇ ਅੰਡਰ ਕੰਮ ਕਰਦੇ ਸੀਗੇ? ਇਨਵੈਸਟੀਗੇਸ਼ਨ ਕਰਦੇ ਪਏ ਆ ਜੀ, ਹੁਣ ਪਤਾ ਕਰ ਰਹੇ ਆ ਸਾਰਾ ਕੁਛ ਇਹਨਾਂ ਦੇ ਬਾਰੇ, ਤੇ ਈਵਨ ਕਿ 70 ਬੋਤਲ ਆ UK ਨੰਬਰ 1 ਚੰਡੀਗੜ੍ਹ ਸੀਲ ਹੋਣ। ਬੰਦੇ ਮੌਕੇ ਤੇ ਫੜੇ ਗਏ ਜਾਂਦੇ? ਨਹੀਂ, ਬੰਦੇ ਫਰਾਰ ਹੋ ਗਏ। ਮੈਡਮ ਰਾਜਵਿੰਦਰ ਕੌਰ ਬਾਜਵਾ ਜੀ ਤੇ ਸਾਡੇ ਬਟਾਲਾ ਦੇ SSP ਸਰਦਾਰ ਮੁਖਵਿੰਦਰ ਸਿੰਘ ਭੁੱਲਰ ਜੀ ਦੀ ਅਗਵਾਈ ਹੇਠ ਸਾਡੇ ਐਕਸਾਈਜ਼ ਇੰਸਪੈਕਟਰ ਦੀਪ ਕੁਮਾਰ ਜੀ ਸਰਕਲ ਬਟਾਲਾ, ਸਾਨੂੰ ਕਾਫੀ ਦਿਨਾਂ ਤੋਂ ਇਨਫੋਰਮੇਸ਼ਨ ਆ ਰਹੀ ਸੀ ਕਿ ਪਿੰਡ ਸ਼ਾਹਬਾਦ ਦੇ ਕੁਝ ਲੋਕ ਜਿਹੜੇ ਉਹ ਬਾਹਰੋਂ ਚੰਡੀਗੜ੍ਹ ਤੋਂ ਨਜਾਇਜ਼ ਸ਼ਰਾਬ ਲਿਆ ਕੇ ਸਾਡੇ ਬਟਾਲੇ ਸ਼ਹਿਰ 'ਚ ਸਪਲਾਈ ਕਰਦੇ ਨੇ। ਅੱਜ ਸਾਨੂੰ ਖਾਸ ਮੁਖਬਰ ਦੀ ਇਤਲਾਹ ਸੀ ਕਿ ਕੋਈ ਸਕੂਟਰੀ ਦੇ ਦੋ ਮੋਨੇ ਨੌਜਵਾਨ ਜਿਹੜੇ ਆ ਉਹ ਸਕੂਟਰੀ ਦੇ ਵਿੱਚ ਸ਼ਰਾਬ ਭਰ ਕੇ ਤੋੜੇ ਦੇ ਵਿੱਚ ਪਲਾਸਟਿਕ ਦੇ ਬੈਗ 'ਚ ਸ਼ਰਾਬ ਭਰ ਕੇ ਸ਼ਹਿਰ ਸਪਲਾਈ ਕਰਨ ਆ ਰਹੇ ਨੇ। ਅਸੀਂ ਕਾਦੀਆਂ ਰੋਡ 'ਤੇ ਨਾਕਾਬੰਦੀ ਕੀਤੀ ਹੋਈ ਸੀ ਜਦੋਂ ਸਾਡੀ ਪੁਲਿਸ ਪਾਰਟੀ ਨੇ ਇੰਸਪੈਕਟਰ ਸਾਹਿਬ ਹੋਣਾਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਦੋਨੋਂ ਲੜਕੇ ਜਿਨ੍ਹਾਂ ਨੂੰ ਸਾਡੇ ਮੁੰਡੇ ਪਹਿਲਾਂ ਵੀ ਜਾਣਦੇ ਨੇ ਉਹਨਾਂ ਦੇ ਉੱਪਰ ਕਾਫੀ ਨਜਾਇਜ਼ ਸ਼ਰਾਬ ਦੇ ਪਰਚੇ ਨੇ, ਜਿਨ੍ਹਾਂ 'ਚ ਇੱਕ ਦੀ ਪਛਾਣ ਰਾਜੂ ਮਸੀਹ ਪੁੱਤਰ ਜੀਤ ਮਸੀਹ ਵਾਸੀ ਸ਼ਾਹਬਾਦ ਅਤੇ ਬੱਗੀ ਮਸੀਹ ਪੁੱਤਰ ਰਮੇਸ਼ ਮਸੀਹ ਵਾਸੀ ਸ਼ਾਹਬਾਦ ਹੋਈ। ਉਹ ਮੌਕੇ ਤੋਂ ਆਪਣੀ ਐਕਟਿਵਾ ਨੰਬਰ PB02CK8797 ਚਿੱਟਾ ਰੰਗ ਛੱਡ ਕੇ ਭੱਜ ਗਏ, ਜਿਸ ਦੀ ਤਲਾਸ਼ੀ ਦੌਰਾਨ ਪਲਾਸਟਿਕ ਦੇ ਬੈਗ 'ਚੋਂ ਕਰੀਬ 70 ਬੋਤਲਾਂ UK ਨੰਬਰ 1 ਮਾਰਕਾ ਚੰਡੀਗੜ੍ਹ ਬਰਾਮਦ ਹੋਈ। ਅਸੀਂ ਉਕਤ ਸਮਾਨ ਨੂੰ ਕਬਜ਼ੇ 'ਚ ਲੈ ਲਿਆ ਅਤੇ ਸਾਡੇ ਇੰਸਪੈਕਟਰ ਜੋ ਮਾਨਯੋਗ ਨੇ ਸਾਡੇ ਦੀਪ ਕੁਮਾਰ ਜੀ ਉਹ SHO ਸਿਵਲ ਲਾਈਨ ਨਾਲ ਸੰਪਰਕ ਕਰਕੇ ਉੱਥੇ ਜੋ ਵੀ ਇਹਨਾਂ ਖਿਲਾਫ਼ ਬਣਦੀ ਕਾਰਵਾਈ ਹੈ ਉਹਨੂੰ ਅਮਲ 'ਚ ਲਿਆਉਣਗੇ ਅਤੇ ਫਿਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਗਾੜੀ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈ। ਫਿਲਹਾਲ ਇਹਨਾਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਦੋਵੇਂ ਫਰਾਰ ਹੋਏ ਨੌਜਵਾਨਾਂ ਦੀ ਭਾਲ ਵੀ ਕੀਤੀ ਜਾ ਰਹੀ ਹੈ। ਬਟਾਲਾ ਤੋਂ ਨੀਰਜ ਸਲਖੋਤਰਾ ਦੀ ਰਿਪੋਰਟ, ਸਕਾਈ ਨਿਊਜ਼ ਪੰਜਾਬ। ਆਲ ਵਰਲਡ ਓਪਨ ਚੈਲੰਜ, ਤੁਰੰਤ ਸਮਾਧਾਨ। A to Z ਸਮੱਸਿਆਵਾਂ ਦਾ ਘਰ ਬੈਠੇ ਸਮਾਧਾਨ। 64 ਸ਼ਕਤੀਆਂ ਦੇ ਮਾਹਿਰ, 21 ਵਾਰ ਗੋਲਡ ਮੈਡਲਿਸਟ, ਵਰਲਡ ਫੇਮਸ ਬਾਬਾ ਸਰਤਾਜ ਖਾਨ। ਸਪੈਸ਼ਲਿਸਟ ਗ੍ਰਹਿ ਕਲੇਸ਼, ਨੌਕਰੀ ਪ੍ਰਮੋਸ਼ਨ, ਕਾਰੋਬਾਰ 'ਚ ਰੁਕਾਵਟ, ਵਿਆਹ 'ਚ ਰੁਕਾਵਟ, ਸੰਤਾਨਹੀਨਤਾ, ਤਲਾਕ, ਕੋਰਟ ਕੇਸ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਵਸ਼ੀਕਰਨ, ਮੁਟਕਰਨੀ। ਸਾਰੀਆਂ ਥਾਵਾਂ ਤੋਂ ਨਿਰਾਸ਼ ਹੋ, ਸੰਪਰਕ ਕਰੋ ਵਰਲਡ ਫੇਮਸ ਬਾਬਾ ਸਰਤਾਜ ਖਾਨ ਦੇ ਨਾਲ। ਬਾਬਾ ਸਰਤਾਜ ਖਾਨ 9988135987। ਹਰ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।